ਪੰਜਾਬ 'ਚ ਵਿਆਹਾਂ ਸ਼ਾਦੀਆਂ 'ਤੇ ਹੋ ਰਹੇ ਖੁੱਲ੍ਹੇ ਖਰਚੇ ਅੱਜ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜੋ ਲੋਕਾਂ ਨੂੰ ਕਰਜ਼ਈ ਬਣਾਉਣ ਦਾ ਮੁੱਖ ਮੁੱਦਾ ਜਾਪਦਾ। ਪੰਜਾਬ 'ਚ ਵਿਆਹਾਂ ਮੌਕੇ ਹੋ ਰਹੀ ਸ਼ਰਾਬ ਦੀ ਅੰਨੇਵਾਹ ਵਰਤੋਂ ਲੋਕਾਂ ਨੂੰ ਮਾੜੇ ਰੁਝਾਨ ਵੱਲ ਤੋਰ ਰਹੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਰਾਬ ਦੇ ਨਸ਼ੇ 'ਚ ਤੱਲੀ ਲੋਕ ਕਿਵੇਂ ਆਪਣਾ ਆਪ ਭੁੱਲੀ ਬੈਠੇ ਨੇ। ਵੇਖਣ ਵਾਲਿਆਂ ਲਈ ਇਹ ਹਾਸੇ ਦਾ ਪਾਤਰ ਬਣੇ ਹੋਏ ਹਨ। ਇਹਨਾਂ ਨੂੰ ਇਹ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਪਏ ਬੈਠੇ ਜਾਂ ਕੀ ਕਰ ਰਹੇ ਹਾਂ। ਸਵਾਲ ਇਹ ਪੈਦਾ ਹੁੰਦਾ, ਅਜਿਹੇ ਮਾੜੇ ਰੁਝਾਨ ਕਦੋਂ ਤੱਕ ਅਜਿਹੇ ਸ਼ੁਭ ਮੌਕਿਆਂ ਦਾ ਹਿੱਸਾ ਬਣੇ ਰਹਿਣਗੇ। ਵਿਆਹ ਦਾ ਪਵਿੱਤਰ ਬੰਧਨ ਭਾਵੇਂ ਦੋ ਰੂਹਾਂ ਦਾ ਆਪਸੀ ਮੇਲ ਹੁੰਦਾ, ਪਰ ਅਜਿਹੇ ਮੌਕਿਆਂ 'ਤੇ ਹੋ ਰਹੀ ਪੈਸੇ ਦੀ ਦੁਰਵਰਤੋਂ ਵੀ ਸਾਡੇ ਸਮਾਜ ਨੂੰ ਕਈ ਸਮੱਸਿਆਵਾਂ ਨਾਲ ਜੂਝਣ ਲਈ ਮਜਬੂਰ ਕਰ ਰਹੀ ਹੈ। ਅਣਜਾਣ ਲੋਕ ਅਜਿਹੇ ਸਮਾਗਮਾਂ ਮੌਕੇ ਕੇਵਲ ਸ਼ਰਾਬ ਦਾ ਸੇਵਨ ਕਰਨ ਨੂੰ ਹੀ ਵਿਆਹ ਜਾਂ ਖੁਸ਼ੀ ਮੰਨਦੇ ਹਨ, ਸਗੋਂ ਵਿਆਹ ਸਮਾਗਮ ਸਮਾਜ 'ਚ ਆਪਸੀ ਪਿਆਰ ਅਤੇ ਰਿਸ਼ਤਿਆਂ ਦੀਆਂ ਗੰਢਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਾਈ ਹੁੰਦੇ ਹਨ।